ਕੋਈ ਕੱਕਰੀ ਪੱਤਰੀ ਦਾ ਮਰੀਜ਼ ਹੋਵੇ, ਕਿਸੇ ਦੀ ਗੱਡੀ ਨਾ ਧੁਪੀਂਦੀ ਹੋਵੇ ਵੀ, ਜਾਂ ਕਿਸੇ ਦੀ ਰੋਟੀ ਨਾ ਹਜ਼ਮਾ ਹੁੰਦੀ ਹੋਵੇ ਵੀ, ਤਾਂ ਮੈਂ ਉਹਨੂੰ ਮਸ਼ਵਰਾ ਦਿੰਦਾ ਸਾਡੇ ਖੋਜੇ ਤੋਂ ਲੈ ਕੇ ਚੱਕ ਮਮੂ ਤੱਕ ਜਿਹੜਾ ਰੋਡ ਜਾਂਦਾ ਉਹਦੇ 'ਤੇ ਇੱਕ ਵਾਰ ਸਫ਼ਰ ਕਰੋ, ਬਿਲਕੁਲ ਓਕੇ ਹੋ ਜਾਵੇ, ਉਹਦੇ ਕੋਈ ਟੈਨਸ਼ਨ ਨਹੀਂ। ਅਸਲਾਮੁ ਅਲੈਕਮ ਜੀ, ਬੜੇ ਦਿਨਾਂ ਤੋਂ ਮੈਂ ਸੁਣ ਰਿਹਾ ਕੁਝ ਪਿੰਡ ਦੇ ਬੰਦੇ ਨੇ ਤਾਂ ਕਹਿੰਦੇ ਨੇ ਆਪਣੇ ਰੋਡ ਦੀ ਥੋੜ੍ਹੀ ਤਾਰੀਫ ਕੀਤੀ ਜਾਏ, ਕਿਉਂਕਿ ਸਾਡਾ ਰੋਡ ਬਣਿਆ ਬਹੁਤ ਅੱਛਾ ਹੈ ਨਾ, ਇਸ ਵਾਸਤੇ ਆਪਣੇ ਰੋਡ ਦੀ ਥੋੜ੍ਹੀ ਤਾਰੀਫ ਕੀਤੀ ਜਾਏ। ਤਾਂ ਮੈਂ ਉਹਨਾਂ ਨੂੰ ਟਰਕਾ ਰਿਹਾ ਸੀ ਕਿ ਆਪਣੇ ਰੋਡ ਦੀ ਤਾਰੀਫ ਕਰਨ ਵਾਸਤੇ ਮੇਰੇ ਕੋਲ ਲਿਫਾਜ਼ ਨਹੀਂ, ਕਿਉਂਕਿ ਇਤਨਾ ਅੱਛਾ ਰੋਡ ਬਣਿਆ ਵੇ ਜਨਾਬ, ਸਾਡੇ ਛਿੰਮੇ ਤੋਂ, ਸੁਲੀਵਿੰਡ ਤੋਂ, ਔਰ ਟਪਿਆਲੇ ਤੋਂ, ਔਰ ਸੀਕਰ ਵਾਲੀ ਤੋਂ ਅੱਛਾ ਰੋਡ ਬਣੇ ਆ। ਇਹ ਦੇਖੋ ਪਿੱਛੇ, ਜਬ ਬਾਰਿਸ਼ ਆਤਾ ਹੈ ਤਾਂ ਪਾਣੀ ਆਤਾ ਹੈ, ਜਬ ਜ਼ਿਆਦਾ ਬਾਰਿਸ਼ ਆਤਾ ਹੈ ਤਾਂ ਜ਼ਿਆਦਾ ਪਾਣੀ ਆਤਾ ਹੈ, ਔਰ ਨਾ ਲਾਂਘਾ ਜਾਤਾ ਹੈ ਨਾ ਟਾਪਾ ਜਾਤਾ ਹੈ, ਔਰ ਰੇਨ ਵਾਟਰ ਡਰਾਕਿੰਗ ਸਲਿਪਿੰਗ ਫਾਸਟ, ਕਿਆ ਬਾਤ ਹੈ। ਇਸ ਰੋਡ ਦੇ ਜਨਾਬ ਫਾਇਦੇ ਮੈਂ ਹੁਣ ਦੱਸਣਾ ਤੁਹਾਨੂੰ, ਇੱਕ ਫਾਇਦਾ ਇਹ ਵੀ ਇਸ ਰੋਡ ਦਾ ਪਾਣੀ ਖਲੋਤੇ ਦਾ ਕਿ ਇੱਥੋਂ ਜਿਹੜੀ ਗੱਡੀ ਆਏ ਦੀ ਬੰਦੇ, ਤੁਹਾਨੂੰ ਪਤਾ ਅੱਜ ਕੱਲ੍ਹ ਬੰਦਿਆਂ ਕੋਲ ਟਾਈਮ ਨਹੀਂ, ਜਿਹੜੇ ਬੰਦੇ ਗੱਡੀ ਧਵਾ ਨਹੀਂ ਸਕਦੇ ਉਹ ਤਾਂ ਇੱਥੋਂ ਲੰਘੇ ਦੀ ਗੱਡੀ, ਉਹਦੇ ਟਾਇਰ ਸਾਫ, ਗੱਡੀ ਧੁੱਪ ਜਾਏਗੀ। ਜਨਾਬ ਇਹ ਜਿਹੜੇ ਖੱਡੇ ਨੇ ਨਾ ਇਹ ਵਿੱਚ ਬਣਾਏ, ਇਹ ਆਪੂ ਬਣਾਏ ਗਏ ਨੇ, ਇਹਦੀ ਵਜ੍ਹਾ ਇਹ ਕਿਸੇ ਵੀ ਪਿੰਡ ਵਿੱਚ ਵੇਖ ਲਓ ਕਿ ਇਸ ਤਰ੍ਹਾਂ ਦਾ ਰੋਡ ਨਹੀਂ ਬਣਿਆ ਨਾ, ਪਤਾ ਕਿਉਂ, ਬੰਦੇ ਸਿੱਧਾ ਸਿੱਧਾ ਕਾਰਪੇਟ ਰੋਡ ਬਣਾ ਸਕਦੇ ਨੇ, ਬਿਲਕੁਲ ਪਿਆਲਾ ਪਾਣੀ ਦਾ ਹੱਥ ਵਿੱਚ ਫੜ ਕੇ ਲੈ ਜਾਓ ਅਤੇ ਕੋਈ ਮਸਲਾ ਨਹੀਂ। ਇਹ ਰੋਡ ਇਸ ਤਰ੍ਹਾਂ ਤਾਂ ਬਣਿਆ ਕਿ ਅਗਰ ਕਿਸੇ ਬੰਦੇ ਦੇ ਜਿਗਰ ਵਿੱਚ, ਜੰਮੇ ਦੇ ਵਿੱਚ ਕੱਕਰੀ ਪੱਥਰੀ ਹੋਵੇ, ਉਹ ਜਨਾਬ ਇਸ ਰੋਡ 'ਤੇ ਸਫ਼ਰ ਕਰਦਾ ਅਤੇ ਇੱਕ ਦਿਨ ਵਿੱਚ ਉਹਦੀ ਕੱਕਰੀ ਪੱਥਰੀ ਬਾਹਰ ਆ ਜਾਂਦੀ, ਠੀਕ ਹੈ। ਜਾਂ ਫਿਰ ਇਹ ਰੋਡ ਅਸੀਂ ਇਸ ਗੱਲੇ ਰੱਖੇ ਹੈ ਕਿ ਅਗਰ ਕੋਈ ਬੰਦਾ, ਅੱਜ ਕੱਲ੍ਹ ਮਿਹਦੇ ਦੀਆਂ ਬੜੀਆਂ ਬਿਮਾਰੀਆਂ ਨੇ, ਚੰਗਾ ਰੱਜ ਕੇ ਆ ਜਾਂਦਾ, ਉਹਦੀ ਰੋਟੀ ਨਹੀਂ ਹਜ਼ਮਾ ਹੁੰਦੀ, ਇਸ ਰੋਡ 'ਤੇ ਇੱਕ ਵਾਰੀ ਸਫ਼ਰ ਕਰੇ, ਉਹ ਜਨਾਬ ਉਹਦੀ ਰੋਟੀ ਹਜ਼ਮਾ ਹੋ ਜਾਏਗੀ। ਆਸੇ ਪਾਸੇ ਵਾਲੇ ਪਿੰਡਾਂ ਨੇ ਦਰਖਾਸਤਾਂ ਦਿੱਤੀਆਂ ਹੀ ਆ ਜਨਾਬ, ਵਾ ਇਹ ਖੋਜੇ ਤੋਂ ਲੈ ਕੇ ਤੋੜ ਮੋਟਰਵੇ ਤਾਂ ਇਹ ਰੋਡ ਬਣਾਇਆ ਜਾਏ, ਉਹ ਜਨਾਬ ਬਣ ਗਿਆ, ਠੀਕ ਹੈ। ਅਤੇ ਉਹ ਇਸ ਵਾਸਤੇ ਇੰਜ ਦਾ ਬਣਾਇਆ ਕਿ ਤੁਹਾਨੂੰ ਇਹਦੀਆਂ ਵਜ੍ਹਾ ਦੱਸ ਰਹੀਆਂ ਨੇ ਇਹਨਾਂ ਦੇ ਕੀ ਫਾਇਦੇ ਨੇ, ਠੀਕ ਹੈ। ਦੂਸਰੇ ਨੰਬਰ 'ਤੇ ਤੁਹਾਨੂੰ ਅੱਜ ਕੱਲ੍ਹ ਪਤਾ ਹੈ ਕਿ ਐਕਸੀਡੈਂਟ ਬੜੇ ਹੁੰਦੇ ਨੇ, ਅਗਰ ਇੰਜ ਦਾ ਰੋਡ ਹੋਵੇ ਤਾਂ ਇਹਦਾ ਫਾਇਦਾ ਐਕਸੀਡੈਂਟ ਵੀ ਨਹੀਂ ਹੈ ਮੰਨ ਲਿਆ, ਕਿਉਂਕਿ 10 ਦੇ ਉੱਤੇ ਸਪੀਡ ਨਹੀਂ ਜਾਣੀ ਅਤੇ ਐਕਸੀਡੈਂਟ ਕਿਸ ਤਰ੍ਹਾਂ ਹੋਣਾ, ਇਹ ਵੀ ਇਹਦਾ ਫਾਇਦਾ। ਸਾਡੇ ਪਿੰਡ ਦਾ ਜਨਾਬ ਇੰਨਾ ਕੁ ਇਤਫਾਕ ਹੈ ਕਿ ਮੈਂ ਕਹਿੰਦਾ ਕਿ ਗੱਲ ਹੀ ਛੱਡ ਦਿਓ, ਪੂਰੇ ਪਾਕਿਸਤਾਨ ਵਿੱਚ ਇੰਨਾ ਇਤਫਾਕ ਨਹੀਂ ਹੋਣਾ ਜਿੰਨਾ ਸਾਡੇ ਪਿੰਡ ਦਾ, ਔਰ ਆਸ ਪਾਸ ਵਾਲਿਆਂ ਪਿੰਡਾਂ ਦਾ ਵੀ ਬਹੁਤ ਇਤਫਾਕ ਹੈ। ਸਿਆਸਤਦਾਨ ਉਹਨਾਂ ਦਾ ਇੰਨਾ ਹਲਾਕ ਅੱਛਾ ਜਨਾਬ, ਮੇਰੀ ਪਿੰਡ ਦਾ ਹਲਾਕ ਵੇਖ ਕੇ ਉਹ ਆਉਂਦੇ ਨੇ, ਵੋਟ ਲੈ ਕੇ ਟੁਰ ਜਾਂਦੇ ਨੇ। ਕੋਈ ਕੱਕਰੀ ਪੱਤਰੀ ਦਾ ਮਰੀਜ਼ ਹੋਵੇ, ਕਿਸੇ ਦੀ ਗੱਡੀ ਨਾ ਧੁਪੀਂਦੀ ਹੋਵੇ ਵੀ, ਜਾਂ ਕਿਸੇ ਦੀ ਰੋਟੀ ਨਾ ਹਜ਼ਮਾ ਹੁੰਦੀ ਹੋਵੇ ਵੀ, ਤਾਂ ਮੈਂ ਉਹਨੂੰ ਮਸ਼ਵਰਾ ਦਿੰਦਾ ਸਾਡੇ ਖੋਜੇ ਤੋਂ ਲੈ ਕੇ ਚੱਕ ਮਮੂ ਤੱਕ ਜਿਹੜਾ ਰੋਡ ਜਾਂਦਾ ਉਹਦੇ 'ਤੇ ਇੱਕ ਵਾਰ ਸਫ਼ਰ ਕਰੋ, ਬਿਲਕੁਲ ਓਕੇ ਹੋ ਜਾਵੇ, ਉਹਦੇ ਕੋਈ ਟੈਨਸ਼ਨ ਨਹੀਂ। ਮੇਰੀ ਉਮਰ ਹੈ 30-32 ਸਾਲ, 30-32 ਸਾਲ ਦੇ ਵਿੱਚ ਮੈਂ ਇੱਕ ਵਾਰੀ ਇਹ ਬਣਦਾ ਵੇਖਿਆ ਆਪਣੀ ਅੱਖੀਂ, ਠੀਕ ਹੈ। ਅਤੇ ਇਹ ਵੀਡੀਓ ਜਨਾਬ ਇੰਨੀ ਕੁ ਸ਼ੇਅਰ ਕਰਨੀ ਹੈ, ਇੰਨੀ ਕੁ ਸ਼ੇਅਰ ਕਰਨੀ ਹੈ ਕਿ ਜਿਹੜੇ ਚੱਕ ਮਮੋਦੂ ਵੋਟ ਲੈ ਕੇ ਜਾਂਦੇ ਨਾ ਉਹਨਾਂ ਨੂੰ ਵੀ ਪਤਾ ਲੱਗੇ, ਔਰ ਜਿਹੜੇ ਪਿੰਡ ਵਾਲੇ ਹਲਾਕ ਵਾਲੇ ਬੰਦੇ ਨੇ ਸਾਰੇ ਉਹਨਾਂ ਨੂੰ ਵੀ ਪਤਾ ਲੱਗੇ। ਮਜ਼ੀਦ ਇਸ ਰੋਡ ਦੇ ਬਾਰੇ ਤਾਰੀਫ ਕੀਤੀ ਜਾਏਗੀ ਕਿਰੇ ਅਗਲੇ ਵੀਡੀਓ ਵਿੱਚ, ਅਤੇ ਵੀਡੀਓ ਇੰਨੀ ਕੁ ਫੈਲਾ ਦਿਓ ਕਿ ਪੂਰੇ ਪਾਕਿਸਤਾਨ ਨੂੰ ਪਤਾ ਲੱਗਣਾ ਚਾਹੀਦਾ ਚੱਕ ਮਮੋਦਾ ਰੋਡ ਕੈਸਾ। ਬਹੁਤ ਸ਼ੁਕਰੀਆ।